ਹਾਂਜੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ। ਮੈਂ ਰਜੀਵ ਕੁਮਾਰ, ਤੁਸੀਂ ਦੇਖ ਰਹੇ ਹੋ ਗਲੋਬਲ ਮਟੀਰੀਅਲ ਯੂਟਿਊਬ ਚੈਨਲ। ਅੱਜ ਹੈ ਜੀ ਲੈਸਨ 3, ਅਸੀਂ ਡਰਾਈਵਿੰਗ ਲਾਇਸੈਂਸ ਕਰ ਰਹੇ ਹਾਂ ਇਟਾਲੀਅਨ ਦਾ, ਪਤੈਂਤੇ ਬੀ, ਜਿਹਦੇ ਵਿੱਚ ਮੈਂ ਦੋ ਕਲਾਸਿਸ ਜਿਹੜੀਆਂ ਪਹਿਲਾਂ ਹੀ ਅਪਲੋਡ ਕਰ ਦਿੱਤੀਆਂ ਅਤੇ ਤੀਸਰੀ ਕਲਾਸ, ਤੀਸਰਾ ਲੈਸਨ, ਅੱਜ ਥਰਡ ਲੈਸਨ ਅਪਲੋਡ ਕਰਨ ਜਾ ਰਹੇ ਹਾਂ ਅਤੇ ਇਹਦੀ ਮੇਕਿੰਗ ਚੱਲ ਰਹੀ ਆ ਅੱਜ। ਅਤੇ ਪਿਛਲੀ ਵੀਡੀਓ ਦੇ ਵਿੱਚ ਮੈਂ ਐਪਲੀਕੇਸ਼ਨ ਦੇ ਵਿੱਚੋਂ ਰਾਹੀਂ ਜਾਂ ਵਿੱਚੋਂ ਤੁਹਾਨੂੰ ਮੈਂ ਸਮਝਾਇਆ ਸੀਗਾ ਕਿੱਦਾਂ ਕਿੱਦਾਂ ਤੁਸੀਂ ਉਹ ਐਪਲੀਕੇਸ਼ਨ ਯੂਜ਼ ਕਰਨਾ ਆ। ਅਤੇ ਅੱਜ ਮੈਂ ਹੁਣ ਜਿਹੜੀ ਬਾਕੀ ਦੀਆਂ ਆਉਣ ਵਾਲੀਆਂ ਵੀਡੀਓਜ਼ ਹੋ ਗਈਆਂ ਉਹ ਮੈਂ ਸਾਰੀਆਂ ਇੰਟਰਨੈਟ ਦੇ ਰਾਹੀਂ ਤੁਹਾਨੂੰ ਸਮਝਾਊਂਗਾ। ਕਿਉਂ? ਕਿਉਂਕਿ ਐਪਲੀਕੇਸ਼ਨ ਤੋਂ ਜਦੋਂ ਮੈਂ ਸਮਝਾਉਣਾ ਆ ਉਹਦੇ ਵਿੱਚ ਥੋੜ੍ਹਾ ਜਿਹਾ ਆਪਣੀ ਵਿਊਇੰਗ ਦੇ ਜਿੱਦਾਂ ਦੇਖਣ ਵਾਲਿਆਂ ਨੂੰ ਜਦੋਂ ਤੁਸੀਂ ਦੇਖਦੇ ਆ ਵਿਊਰਸ ਮੇਰੇ ਆ ਤਾਂ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ। ਪ੍ਰੋਬਲਮ ਕੀ ਹੁੰਦੀ ਆ ਕਿ ਉਹ ਥੋੜ੍ਹੀ ਜਿਹੀ ਇੱਕ ਤਾਂ ਰੋਟੇਟ ਹੋਈ ਹੁੰਦੀ ਹੈ ਥੋੜ੍ਹੀ ਜਿਹੀ ਸਕਰੀਨ, ਤਾਂ ਇੱਕ ਤਾਂ ਉਹਦੇ ਵਿੱਚ ਜਿਹੜੇ ਵਰਡਸ ਆ ਉਹ ਜਿਹੜੇ ਅੱਖਰ ਆ ਉਹ ਦਿਖਦੇ ਨਹੀਂ ਹੈਗੇ ਚੰਗੀ ਤਰ੍ਹਾਂ। ਇਸ ਕਰਕੇ ਮੈਂ ਸੋਚਿਆ ਕਿ ਚਲੋ ਜਿਹੜੀ ਇਹ ਵੀਡੀਓਜ਼ ਮੈਂ ਬਣਾਉਣੀਆਂ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਇਹ ਆਪਣੇ ਇੰਟਰਨੈਟ ਤੋਂ ਹੀ ਕਰਵਾਵਾਂ, ਵੈੱਬ ਤੋਂ ਹੀ ਕਰਵਾਵਾਂ, ਠੀਕ ਹੈ ਜੀ, ਗੂਗਲ ਤੋਂ ਹੀ ਕਰਵਾਵਾਂ ਉਹਨਾਂ ਦੀ ਵੈਬਸਾਈਟ ਜਿਹੜੀ ਆ। ਅਤੇ ਜਿਹੜੇ ਲੈਸਨਸ ਆ ਸਾਰੇ ਸੇਮ ਆ, ਐਪਲੀਕੇਸ਼ਨ 'ਤੇ ਵੀ ਉਹੀ ਲੈਸਨ ਆ ਅਤੇ ਆਪਣੇ ਇੰਟਰਨੈਟ 'ਤੇ ਵੀ ਉਹੀ ਲੈਸਨ ਆ, ਠੀਕ ਹੈ ਜੀ, ਸੇਮ ਸੇਮ ਲੈਸਨ ਆ ਅਤੇ ਸੇਮ ਸੇਮ ਉਹਨਾਂ ਦੇ ਵਿੱਚ ਵਰਡਿੰਗ ਆ, ਸਾਰਾ ਕੁਛ ਸੇਮ ਆ ਕਿਉਂਕਿ ਹੈਗੀ ਉਹਨਾਂ ਦੀ ਇੱਕ ਹੀ ਜਾਣੀ ਕਿ ਕੰਪਨੀ ਦੀ ਆ ਇਹ ਵੈਬਸਾਈਟ, ਅਤੇ ਉਹਨਾਂ ਦੀ ਕੰਪਨੀ ਤੋਂ ਹੀ ਮੈਂ ਕਰਵਾਊਂਗਾ ਤੁਹਾਨੂੰ ਬਾਕੀ ਦੀਆਂ ਵੀਡੀਓਜ਼। ਅਤੇ ਕੰਪਿਊਟਰ ਦੇ ਉੱਪਰ ਕਰਾਉਣ ਦੇ ਨਾਲ ਵਧੀਆ ਜਾਣੀ ਕਿ ਤੁਹਾਨੂੰ ਵਿਊਇੰਗ ਮਿਲੂਗੀ, ਵਧੀਆ ਜਾਣੀ ਕਿ ਕਲੈਰਿਟੀ ਹੋਊਗੀ ਅਤੇ ਕੋਈ ਪ੍ਰੋਬਲਮ ਨਹੀਂ ਹੋਊਗੀ। ਇਸ ਕਰਕੇ ਮੈਂ ਇਹ ਸਾਰੀਆਂ ਵੀਡੀਓਜ਼ ਆਉਣ ਵਾਲੀਆਂ ਇਹਦੇ 'ਤੇ ਹੀ ਬਣਾਊਂਗਾ। ਅਤੇ ਬਾਕੀ ਜਿਹੜੀ ਵੀਡੀਓ, ਹਾਂਜੀ, ਅਸੀਂ ਆ ਗਏ ਹਾਂ ਕੰਪਿਊਟਰ ਸਕਰੀਨ 'ਤੇ। ਅਤੇ ਪਿੱਛੇ ਜਾ ਕੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸ ਦੇਵਾਂ ਕਿ ਕਿੱਦਾਂ ਆਪਣੇ ਇੰਟਰਨੈਟ ਤੋਂ ਐਂਟਰ ਹੋਣਾ ਆ। ਅਗਰ ਤੁਸੀਂ ਐਪਲੀਕੇਸ਼ਨ ਤੋਂ ਨਹੀਂ ਕਰਨਾ ਚਾਹੁੰਦੇ, ਤੁਸੀਂ ਚਾਹੁੰਦੇ ਹੋ ਕਿ ਥੋੜ੍ਹਾ ਵੱਡਾ ਵੱਡਾ ਦਿਖੇ, ਤਾਂ ਤੁਸੀਂ ਸਿੱਧੇ ਹੀ ਇੰਟਰਨੈਟ 'ਤੇ ਜਾ ਕੇ ਗੁਈਦਾ ਏਵਾਈ ਸਰਚ ਕਰ ਲੈਣਾ ਆ, GUIDA ਗੁਈਦਾ, ਈ ਇਕੱਲੀ ਪਾ ਦੇਣੀ ਆ, VAIY ਐਂਟਰ ਕਰ ਦੇਣਾ। ਉਸ ਤੋਂ ਬਾਅਦ ਦੂਸਰੇ ਪਹਿਲੇ ਨੰਬਰ 'ਤੇ ਮੈਂ ਤੁਹਾਨੂੰ ਪਿਛਲੀ ਵਾਰ ਦੱਸਿਆ ਸੀ ਕਿੱਦਾਂ ਐਂਟਰ ਹੋਣਾ ਆ, ਇਹਨੂੰ ਤੁਸੀਂ ਰਹਿਣ ਦਿਓ, ਸਿੱਧੇ ਅਸੀਂ ਮਨੂਆਲੇ ਕਰਨਾ ਆ, ਮਨੂਆਲੇ ਨੂੰ ਤੁਸੀਂ ਕਲਿੱਕ ਕਰਕੇ ਓਪਨ ਕਰ ਲੈਣਾ ਆ। ਇਹਨੂੰ ਜਦੋਂ ਓਪਨ ਕਰ ਲੈਣਾ ਆ, ਸਭ ਤੋਂ ਉੱਪਰ ਡੈਫੀਨੇਸ਼ਨ ਜਨਰਲੀ ਇਹ ਸਭ ਤੋਂ ਪਹਿਲਾਂ ਅਸੀਂ ਲੈਸਨ ਕਰ ਰਹੇ ਹਾਂ, ਸਾਰੇ ਲੈਸਨ ਤੁਹਾਨੂੰ ਮੈਂ ਸਮਝਾਤੇ ਸੀਗੇ ਕਿੱਦਾਂ ਕਿੱਥੇ ਆ। ਅਤੇ ਉਸ ਤੋਂ ਬਾਅਦ ਸਤਰਾ ਦਾ ਅਸੀਂ ਕਰ ਲਿਆ, ਕਰੇਜਾ ਦਾ ਵੀ ਕਰ ਲਿਆ। ਅਗਰ ਇਹਨਾਂ ਦੋਨਾਂ ਨੂੰ ਕੋਈ ਕਰਨਾ ਚਾਹੁੰਦਾ ਆ ਜਿਨ੍ਹਾਂ ਨੇ ਨਹੀਂ ਕੀਤੇ ਹੈਗੇ ਇਹ ਲੈਸਨ, ਤਾਂ ਤੁਸੀਂ ਪਹਿਲੇ ਦੇ ਨਾਮ ਇਸ ਵੀਡੀਓ 'ਤੇ ਆਏ ਹਾਂ ਤਾਂ ਤੁਸੀਂ ਉੱਪਰ ਆਈ ਬਟਨ 'ਤੇ ਦੇਖ ਸਕਦੇ ਹਾਂ, ਮੈਂ ਉੱਪਰ ਆਈ ਬਟਨ 'ਤੇ ਦੇ ਦੂੰਗਾ ਇਹਨਾਂ ਦੇ ਲਿੰਕਸ। ਉਹ ਆਈ ਬਟਨ ਨੂੰ ਸਿੱਧੇ ਤੁਸੀਂ ਆਈ ਵਾਲਾ ਜਿਹੜਾ ਨਿਸ਼ਾਨ ਹੋਣਾ ਉਹਨੂੰ ਦਬਾ ਦੂੰਗੇ ਤਾਂ ਉਹ ਸਿੱਧੇ ਵੀਡੀਓ ਖੁੱਲ੍ਹ ਜਾਣੀ ਆ ਉਹ ਵਾਲੀ, ਠੀਕ ਹੈ ਜੀ, ਸਰਾਦੇ ਵਾਲੀ ਵੀ ਅਤੇ ਕਰੇਜਾ ਦੇ ਵਾਲੀ ਵੀ। ਉਸ ਤੋਂ ਬਾਅਦ ਕੁਰਸੀਆ, ਅਸੀਂ ਅੱਜ ਕੁਰਸੀਆ ਕਰਨਾ ਆ, ਕੁਰਸੀਆ 'ਤੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸ ਦਿੱਤਾ ਆ, ਠੀਕ ਹੈ ਜੀ, ਕੁਰਸੀ ਵਿੱਚ ਕੁਰਸੀਆ ਹੁੰਦਾ ਕੀ ਆ। ਅਤੇ ਕੁਰਸੀਏ ਦੀ ਹੁਣ ਮੈਂ ਤੁਹਾਨੂੰ ਇੱਥੇ ਪੇਂਟ ਖੋਲਿਆ, ਕੁਰਸੀਆ ਹੁੰਦਾ ਜਿੱਦਾਂ ਮੰਨ ਲਓ ਆਹ ਰੋਡ ਆ, ਠੀਕ ਹੈ ਜੀ, ਰੋਡ ਦੇ ਵਿੱਚ ਆ ਉਹਦਾ ਹੋ ਗਿਆ ਡਿਵਾਈਡਰ, ਆ ਡਿਵਾਈਡ ਕਰਤਾ, ਇੱਥੋਂ ਗੱਡੀ ਜਾ ਰਹੀ ਆ ਅਤੇ ਇੱਥੋਂ ਗੱਡੀ ਆ ਰਹੀ ਆ, ਠੀਕ ਹੈ ਜੀ। ਜਿਹੜੀ ਆਹ ਚੀਜ਼ ਆ, ਆਹ ਜਿਹੜਾ ਰੋਡ ਆ, ਇਹਨੂੰ ਕਹਿ ਦਿੰਦੇ ਆ ਕੁਰਸੀਆ, ਠੀਕ ਹੈ ਜੀ, ਇਹਨੂੰ ਵੀ ਕਹਿ ਦੂੰਗੇ ਕੁਰਸੀਆ, ਇਹ ਹੋ ਗਈ ਕੁਰਸੀਆ, ਇਹਨੂੰ ਕਹਿ ਦਿੰਦੇ ਆ ਕੁਰਸੀਆ, ਠੀਕ ਹੈ ਜੀ, ਇਸ ਚੀਜ਼ ਨੂੰ, ਇਸ ਚੀਜ਼ ਨੂੰ। ਅਤੇ ਆਹ ਜਿਹੜਾ ਹੋ ਗਿਆ ਇਹ ਡਿਵਾਈਡਰ ਹੋ ਗਿਆ, ਅਤੇ ਆਹ ਪੂਰੇ ਦਾ ਪੂਰਾ ਹੋ ਗਿਆ, ਇਹ ਹੋ ਗਿਆ ਕਰੇਜਾ ਦਾ, ਠੀਕ ਹੈ ਜੀ, ਇਹਨੂੰ ਕਰੇਜਾ ਦਾ, ਪੂਰੇ ਪੂਰੇ ਇਹਨੂੰ ਕਰੇਜਾ ਦਾ ਕਹਿ ਦਿੰਦੇ ਹਾਂ। ਜਿੱਦਾਂ ਟਰੈਕ ਨੂੰ ਕਹਿ ਦਿੰਦੇ ਆ ਕੁਰਸੀ, ਜਿਹੜਾ ਟਰੈਕ ਹੁੰਦਾ ਗੱਡੀ ਦੇ ਚੱਲਣ ਵਾਲਾ, ਠੀਕ ਹੈ ਜੀ। ਉਸ ਤੋਂ ਬਾਅਦ ਮਿਨੀਮਾਈਜ਼ ਕਰ ਦਿਓ, ਉਸ ਤੋਂ ਬਾਅਦ ਲੱਕ ਕੁਰਸੀ ਆ ਉਹਨਾਂ ਪਾਰ 'ਤੇ, ਕਹਿੰਦੇ ਕੁਰਸੀ ਆ ਇੱਕ ਪਾਰਟ ਆ, ਦੈ ਲੱਕ ਰਿਜਾ ਤਾ, ਕਰੇਜਾ ਦਾ ਇੱਕ ਪਾਰਟ ਆ, ਕਿ ਕੌਨਸੈਂਟੇ, ਕਿ ਕੌਨਸੈਂਟੇ ਯਾਨੀ ਕਿ ਉਹਨਾਂ ਨੂੰ ਉਹਦੀ ਇਜਾਜ਼ਤ ਦਿੰਦਾ ਆ, ਕੌਨਸੈਂਟੇ ਹੁੰਦਾ ਆ ਇਜਾਜ਼ਤ ਦੇਣਾ, ਇਹ ਵਾਲਾ ਵਰਡ ਤੁਸੀਂ ਲਿਖ ਲਓ ਕਿਤੇ, ਕੌਨਸੈਂਟੇ, ਕੌਨਸੈਂਟੇ ਹੁੰਦਾ ਇਜਾਜ਼ਤ ਦੇਣਾ, ਇਹ ਬਹੁਤ ਗਾਂ ਜਿਹੜੇ ਕੁਇਜ਼ ਕਰਨੇ ਆ ਅਸੀਂ ਉਹਨਾਂ ਦੇ ਵਿੱਚ ਯੂਜ਼ ਹੋਣਾ ਆ ਕੌਨਸੈਂਟੇ ਵਰਡ। ਲਾ ਚਿਰਕੁਲਾਸੀਓਨੇ, ਲਾ ਚਿਰਕੁਲਾਸੀਓਨੇ ਉਹਨਾਂ ਦੇ ਚੱਲਣ ਦੇ ਲਈ, ਦੀ ਉਨਾ ਸੋਲਾ ਫੀਲਾ ਦੀ ਵਹੀਕੁਲੀ, ਦੀ ਉਨਾ ਸੋਲਾ ਫੀਲਾ ਯਾਨੀ ਕਿ ਇੱਕ ਫੀਲਾ, ਉਹ ਦੇਖੋ ਦੱਸ ਦਿੱਤਾ ਹੈ ਨਾ, ਉਨਾ ਸੋਲਾ ਫੀਲਾ ਇੱਕ ਫੀਲ ਯਾਨੀ ਕਿ ਇੱਕ ਲਾਈਨ, ਫੀਲਾ ਹੁੰਦਾ ਹੈ ਲਾਈਨ, ਲਾਈਨ ਆਵਲੀ ਲਾਈਨ ਨਹੀਂ, ਜਿੱਦਾਂ ਆਵਲੀ ਲਾਈਨ ਨਹੀਂ, ਲਾਈਨ ਉਹ ਲਾਈਨ ਜਿਹੜੀ
ਅਸੀਂ ਜਿੱਦਾਂ ਕਤਾਰ ਬਣਾ ਲਈਏ ਹੈ ਨਾ, ਬੰਦਿਆਂ ਦੀ ਕਤਾਰ ਜਾਂ ਗੱਡੀਆਂ ਦੀ ਕਤਾਰ, ਉਹਨੂੰ ਕਹਿੰਦੇ ਲਾਈਨ। ਉਹਨਾਂ 16 ਫੀਲਾ ਦੀ ਵਹੀਕੁਲੀ ਇਹ ਲਿਮਿਟਾਤਾ ਦਾ ਸਤ੍ਰਿਸ਼ੇ ਕੰਟੀਨਿਊਏ ਉਹ ਡਿਸਕੰਟੀਨਿਊਏ, ਉਹ ਕਹਿੰਦੇ ਲਿਮਿਟਡ ਕੀਤਾ ਹੁੰਦਾ ਆ। ਉਹ ਲਿਮਿਟਡ ਕਿੱਦਾਂ ਕੀਤਾ ਹੁੰਦਾ, ਜਿੱਦਾਂ ਆਹ ਲਿਮਿਟਡ ਕਰ ਦਿੱਤਾ ਆ, ਉਹਨੂੰ ਲਿਮਿਟ ਕਰਤਾ, ਇਸ ਤੋਂ ਵੱਧ ਨਹੀਂ ਜਾਣਾ ਤੂੰ। ਇਹਦੇ ਪਾਸੇ ਵੱਖਰਾ ਕੁਰਸੀਆ ਹੋ ਗਿਆ, ਇਹਦੇ ਪਾਸੇ ਵੱਖਰਾ ਹੋ ਗਿਆ, ਇਹਨੂੰ ਲਿਮਿਟ ਕਰ ਦਿੱਤਾ। ਲਿਮਿਤਾਤਾ ਦਾ ਸਤ੍ਰਿਸ਼ੇ ਕੰਟੀਨਿਊਏ, ਸਤ੍ਰਿਸ਼ੇ ਕੰਟੀਨਿਊਏ ਕੀ ਹੁੰਦੇ ਆ, ਆਹ ਵਾਲੇ ਆਹ ਜਿਹੜੀ ਗੱਬੇ ਲਾਈਨ ਹੁੰਦੀ ਨਾ ਵਾਈਟ ਜਿਹੀ, ਵਾਈਟ ਕਲਰ ਦੀ, ਉਹ ਹੁੰਦੇ ਆ ਸਤ੍ਰਿਸ਼ੇ ਕੰਟੀਨਿਊਏ, ਵਾਈਟ ਕਲਰ ਦੇ ਸਤ੍ਰਿਸ਼ੇ ਕੰਟੀਨਿਊਏ। ਅਤੇ ਸਤ੍ਰਿਸ਼ੇ ਡਿਸਕੰਟੀਨਿਊਏ ਅੱਗੇ ਲਿਖਿਆ ਆ ਉੱਥੇ, ਸਤ੍ਰਿਸ਼ੇ ਡਿਸਕੰਟੀਨਿਊਏ ਕੀ ਹੁੰਦਾ ਆ, ਸਤ੍ਰਿਸ਼ੇ ਡਿਸਕੰਟੀਨਿਊਏ ਹੁੰਦਾ ਆ, ਤੁਹਾਨੂੰ ਮੈਂ ਬਣਾ ਕੇ ਦੱਸਦਾ। ਆਹ ਦੇਖੋ ਇੱਦਾਂ ਇੱਦਾਂ ਵਾਇਆ ਹੁੰਦਾ ਨਾ, ਇੱਦਾਂ ਇੱਦਾਂ, ਇਹਨਾਂ ਨੂੰ ਕਹਿ ਦਿੰਦੇ ਆ ਸਤ੍ਰਿਸ਼ੇ ਡਿਸਕੰਟੀਨਿਊਏ, ਠੀਕ ਹੈ ਜੀ। ਅਤੇ ਇਹਨਾਂ ਨੂੰ ਇਹ ਪਾਰ ਕਰ ਸਕਦੇ, ਉਹ ਮੈਂ ਤੁਹਾਨੂੰ ਅੱਗੇ ਦੱਸੂੰਗਾ, ਠੀਕ ਹੈ। ਸਤ੍ਰਿਸ਼ੇ ਇਹ ਲਾਰਗੇਸਾ ਮਿਨੀਮਾ ਦੀ ਦੂਏ ਮੈਤਰੀ, ਇਹ ਮਾਸੀਮਾ ਦੀ ਕੁਆਤਰੋ ਮੈਤਰੀ। ਇਸ ਚੀਜ਼ ਨੂੰ ਚੇਤੇ ਰੱਖ ਲਓ, ਇਸ ਚੀਜ਼ ਨੂੰ ਮੈਂ ਤੁਹਾਨੂੰ ਹੁਣ ਫਿਰ ਰਿਪੀਟ ਕਰ ਰਿਹਾ, ਚੇਤੇ ਰੱਖਣਾ ਪੈਣਾ ਆ, ਤੁਹਾਨੂੰ ਯਾਦ ਰੱਖਣਾ ਪੈਣਾ ਆ। ਆਹ ਲਰਗੇਸਾ ਉਹਦਾ ਰੋਡ ਜਿਹੜਾ ਕੁਰਸੀਏ ਦਾ ਜਿਹੜਾ ਟਰੈਕ ਦਾ ਸਾਈਜ਼ ਕੀ ਹੁੰਦਾ ਆ, ਮਿਨੀਮਮ ਸਾਈਜ਼ ਆ ਜੀ, ਮਿਨੀਮਮ ਸਾਈਜ਼ ਆ 2.80 meters, ਮਿਨੀਮਮ ਸਾਈਜ਼ ਆ 2.80 meters ਮਿਨੀਮਮ ਸਾਈਜ਼ ਆ। ਇਹ ਮੈਕਸੀਮਮ ਹੋ ਸਕਦਾ ਕੁਰਸੀ ਦਾ ਸਾਈਜ਼ 4 meters ਚੌੜਾ, ਠੀਕ ਹੈ ਜੀ, ਚੌੜਾ 2.80 meters ਚੌੜਾ ਮਿਨੀਮਮ ਘੱਟ ਤੋਂ ਘੱਟ ਹੋਣਾ ਚਾਹੀਦਾ ਆ, ਘੱਟ ਤੋਂ ਘੱਟ, ਅਤੇ ਵੱਧ ਤੋਂ ਵੱਧ ਚੌੜਾ ਹੋ ਸਕਦਾ 4 meters, ਇਹਨੂੰ ਚੇਤੇ ਰੱਖ ਲਿਓ, ਠੀਕ ਹੈ ਜੀ। ਉਹਨਾਂ ਕੁਰਸੀ ਆਏ ਸੈਂਪਰੀ ਸੈਂਸੋ ਉਨੀਗੋ ਪੋ ਇਹ ਪੋਐਸਰੇ, ਜਿਹੜਾ ਇੱਕ ਕੁਰਸੀ ਆਇਆ, ਉਹਨਾਂ ਕੁਰਸੀ ਆਇਆ ਇਹ ਸੈਂਪਰੀ, ਸੈਂਪਰੀ ਹੁੰਦਾ ਹਮੇਸ਼ਾ, ਸੈਂਸੋ ਉਨੀਗੋ ਸਿੰਗ ਇੱਕ ਸਿੰਗਲ ਸੈਂਸ ਵਾਲਾ ਹੁੰਦਾ ਆ ਕੁਰਸੀ, ਆ ਕੁਰਸੀ ਦੇ ਵਿੱਚ ਸਿੰਗਲ ਸੈਂਸ, ਜਾਇਜ਼ ਜੀ ਗੱਲ ਆ, ਇੱਕ ਜਿਹੜਾ ਟਰੈਕ ਆ ਉਹ ਸਿੰਗਲ ਸੈਂਸ ਹੀ ਹੋਊਗਾ ਹਮੇਸ਼ਾ, ਉਹ ਡਬਲ ਸੈਂਸ ਨਹੀਂ ਹੋਊਗਾ, ਠੀਕ ਹੈ ਜੀ। ਡਬਲ ਸੈਂਸ ਜੇ ਹੋ ਗਿਆ ਫਿਰ ਉਹ ਟਰੈਕ ਨਹੀਂ, ਫਿਰ ਉਹ ਕਰੇਜਾ ਤਾਂ ਹੋ ਗਿਆ, ਫਿਰ ਆ ਕਰੇਜਾ ਤਾਂ ਹੋ ਗਿਆ, ਉਹ ਟਰੈਕ ਨਹੀਂ ਰਿਹਾ, ਠੀਕ ਹੈ ਜੀ। ਜਿਹੜਾ ਕੁਰਸੀਆ ਹੁੰਦਾ ਹਮੇਸ਼ਾ ਸੈਂਸੋ ਉਨੀਕੋ ਹੁੰਦਾ, ਇਹ ਚੇਤੇ ਰੱਖ ਲਿਓ, ਯਾਦ ਰੱਖ ਲਿਓ। ਪੋਐਸਰੇ ਹੁੰਦਾ ਹੋ ਸਕਦਾ, ਫਿਰ ਉਹਦੇ ਵਿੱਚ ਕੀ ਹੋ ਸਕਦਾ, ਉਹਦੇ ਵਿੱਚ ਕੀ ਹੋ ਸਕਦਾ, ਦੀ ਮਾਰਸ਼ਾ ਪੇਰ ਲਾ ਮਾਰਸ਼ਾ ਦੇਈ ਵਹੀਕੋਲੀ, ਦੀ ਮਾਰਸ਼ਾ, ਮਾਰਸ਼ਾ ਕੀ ਹੁੰਦਾ ਆ, ਮਾਰਸ਼ਾ ਯਾਨੀ ਕਿ ਚੱਲਣਾ, ਸਿਰਕੂਲੇਸ਼ਨ ਨੇ ਵੀ ਹੁੰਦਾ ਚੱਲਣਾ, ਆਪਣੇ ਤ੍ਰਾਂਸੀ ਤਾਰੇ ਜਾਂ ਟ੍ਰਾਂਸ ਵੀ ਹੁੰਦਾ ਚੱਲਣਾ, ਮਾਰਸ਼ਾ ਵੀ ਹੁੰਦਾ ਚੱਲਣਾ, ਪਿਰ ਲਾ ਮਾਰਸ਼ਾ ਯਾਨੀ ਕਿ ਗੱਡੀਆਂ ਚੱਲਣ ਲਈ, ਪਹਿਲਾ ਵਾਰ ਮਾਰਸ਼ਾ ਦੇਈ ਵਹੀਕੋਲੀ ਗੱਡੀਆਂ ਦੇ ਚੱਲਣ ਲਈ, ਦੀ ਐਕਸਲਰੇਸ਼ਨੇ, ਦੀ ਐਕਸਲਰੇਸ਼ਨੇ, ਦੀ ਐਕਸਲਰੇਸ਼ਨੇ ਦਾ ਮਤਲਬ ਹੁੰਦਾ ਆ ਵੀ ਐਂਟਰ ਕਰਨਾ ਜਾਂ ਸਪੀਡ ਅਪ ਕਰਨਾ, ਸਪੀਡ ਅਪ ਕਰਨਾ, ਠੀਕ ਹੈ ਜੀ, ਜਾਂ ਓਵਰਟੇਕ ਕਰਨਾ, ਦੀ ਐਕਸਲਰੇਸ਼ਨੇ। ਫਿਰ ਕੰਸੈਂਟੀਰੇ ਲਿੰਗਰੈਸੋ ਦੇਈ ਵਹੀਕੋਲੀ ਨੈਲਾ ਕਰੇ ਜਾਤਾ, ਦੀ ਐਕਸਲਰੇਸ਼ਨੇ ਦਾ ਮਤਲਬ ਇਹਨਾਂ ਨੇ ਇਹ ਦੱਸਿਆ ਆ ਕਿ ਫਿਰ ਕੰਸੈਂਟੀਰੇ, ਫਿਰ ਕੰਸੈਂਟੀਰੇ ਦਾ ਮਤਲਬ, ਕੰਸੈਂਟੀਰੇ ਦਾ ਮਤਲਬ ਮੈਂ ਦੱਸਿਆ ਸੀਗਾ ਉੱਪਰ, ਕੰਸੈਂਟੇ, ਕੰਸੈਂਟੀਰੇ ਮਤਲਬ ਹੁੰਦਾ ਆ ਇਜਾਜ਼ਤ ਹੋਣਾ, ਫਿਰ ਕੰਸੈਂਟੀਰੇ ਇਜਾਜ਼ਤ ਹੋਣ ਦੇ ਲਈ ਇੰਗਰੈਸੋ ਦੇਈ ਵਹੀਕੁਲੀ, ਇੰਗਰੈਸੋ ਹੁੰਦਾ ਐਂਟਰੈਂਸ, ਦੇਈ ਵਹੀਕੁਲੀ ਗੱਡੀਆਂ ਦੀ ਐਂਟਰੈਂਸ ਲਈ, ਨੈਲਾ ਕਰੇਜਾ ਦਾ ਗੱਡੀਆਂ ਦੀ ਐਂਟਰੈਂਸ ਲਈ, ਕਰੇਜਾ ਦੇ ਵਿੱਚ ਜਿਹੜਾ ਕੁਰਸੀਆ ਬਣਿਆ ਹੋਵੇ ਉਹਨੂੰ ਕਹਿ ਦਿੰਦੇ ਆ ਦੀ ਛੈਲਰਾਸੀਓਨੇ, ਗੱਡੀਆਂ ਦੀ ਐਂਟਰੈਂਸ ਹੋਣ ਵਾਲੇ ਕੁਰਸੀਏ ਨੂੰ ਦੀ ਛੈਲਰ ਅਛੈਲਰਾਸੀਓਨੇ ਸੋਰੀ ਕਹਿ ਦਿੰਦੇ ਆ, ਠੀਕ ਹੈ ਜੀ। ਅਤੇ ਦੀ ਦੇ ਛੈਲਰਾਸੀਓਨੇ ਕਿਹੜਾ ਹੁੰਦਾ ਆ, ਜ਼ਾਹਿਰ ਜੀ ਗੱਲ ਆ, ਜੇ ਐਂਟਰੈਂਸ ਆ ਤਾਂ ਫਿਰ ਐਗਜ਼ਿਟ ਵੀ ਹੋਊਗਾ, ਨਿਕਲਣਾ ਵੀ ਹੋਊਗਾ, ਗੱਡੀਆਂ ਦੇ ਨਿਕਲਣ ਵਾਲੇ ਕੁਰਸੀਏ ਨੂੰ ਕਹਿ ਦਿੰਦੇ ਆ ਇਹ ਦੀ ਛੈਲਰਾਸੀਓਨੇ। ਪਿਰ ਕੰਸੈਂਟੀਰੇ ਇਲ ਰਲੈਂਤਾਮੈਂਟੋ, ਰਲੈਂਤਾਮੈਂਟੋ ਯਾਨੀ ਕਿ ਹੌਲੀ ਕਰਨ ਦੇ ਲਈ, ਹੌਲੀ ਕਰਨ ਦੇ ਲਈ, ਰਲੈਂਤਾਮੈਂਟੋ, ਰਲੈਂਤਾਰੇ, ਇਹ ਵਰਡ ਚੇਤੇ ਰੱਖ ਲਿਓ, ਰਲੈਂਤਾਰੇ ਦਾ ਮਤਲਬ ਹੁੰਦਾ ਹੌਲੀ ਕਰਨਾ, ਰਲੈਂਤਾਮੈਂਟੋ ਹੁੰਦਾ ਹੌਲੀ ਚੱਲ, ਹੌਲੀ ਚੱਲਣਾ। ਦੇਈ ਵਹੀਕੁਲੀ ਗੱਡੀਆਂ ਦੇ ਇਨ ਉਸ਼ੀਤਾ ਦੇ ਲਾ ਕਰੇ ਜਾਤਾ, ਇਹ ਵਾਲਾ ਦੀ ਛੈਲਰਾਸੀਓਨੇ ਜਿਹੜਾ ਕੁਰਸੀਆ ਹੁੰਦਾ ਆ ਇਹਦੀ ਇਜਾਜ਼ਤ ਹੁੰਦੀ ਆ ਵੀ ਜਿਹੜੀਆਂ ਗੱਡੀਆਂ ਆ ਹੌਲੀ ਹੋ ਕੇ ਐਗਜ਼ਿਟ ਕਰ ਜਾਣ ਵੱਡੇ ਰੋਡ ਤੋਂ ਛੋਟੇ ਰੋਡ ਦੇ ਵਿੱਚ ਐਗਜ਼ਿਟ ਕਰਨ ਦੇ ਲਈ। ਅਤੇ ਛੈਲਰਾਸੀਓਨੇ ਦਾ ਮਤਲਬ ਹੁੰਦਾ ਆ ਗੱਡੀਆਂ ਦੇ ਐਂਟਰ ਹੋਣ ਵਾਲੇ ਰੋਡ ਨੂੰ ਕਹਿ ਦਿੰਦੇ ਆ ਕੁਰਸੀਆ ਦੀ ਐਕਸਲਰਾਸੀਓਨੇ,
ਠੀਕ ਹੈ ਜੀ, ਅਤੇ ਦੀ ਚਲਰਾਸੀਓਨੇ ਐਗਜ਼ਿਟ ਕਰਨ ਨੂੰ ਇਹ ਚੇਤੇ ਰੱਖ ਲਿਓ। ਉਸ ਤੋਂ ਬਾਅਦ ਦੀ ਐਮਰਜੈਂਸਾ, ਕੁਰਸੀਆ ਦੀ ਐਮਰਜੈਂਸਾ ਕੀ ਹੁੰਦਾ ਹੈ? ਪੈਰਲਾ ਸੌਸਤਾ, ਸੌਸਤਾ ਸਾਨੂੰ ਮੈਂ ਦੱਸਿਆ ਸੀ, ਪੈਰਲਾ ਸੌਸਤਾ ਥੋੜ੍ਹੇ ਟਾਈਮ ਦੇ ਲਈ ਗੱਡੀ ਖਿਡਾਉਣਾ। ਦੀ ਐਮਰਜੈਂਸਾ, ਐਮਰਜੈਂਸਾ ਹੁੰਦਾ ਐਮਰਜੈਂਸੀ। ਇਨਕਾਸੋ ਦੀ ਗੁਆਸਤੋ, ਇਨਕਾਸੋ ਕਾਸੋ ਹੁੰਦਾ ਕੇਸ, ਦੀ ਗੁਆਸਤੋ ਹੁੰਦਾ ਖਰਾਬੀ, ਗੁਆਸਤੋ ਹੁੰਦਾ ਖਰਾਬੀ। ਮਲ ਐਸੇਰੇ ਬਿਮਾਰ ਹੋਣਾ, ਉਹ ਮਲ ਐਸੇਰੇ ਜਾਂ ਕੋਈ ਬਿਮਾਰ ਹੋਗਾ ਜਾਂ ਕੋਈ ਸੱਟ ਲੱਗ ਗਈ, ਉੱਥੇ ਉਸ ਗੱਡੀ ਨੂੰ ਖੜਾਉਣ ਦੇ ਲਈ ਕੁਰਸੀਆਂ ਦੀ ਐਮਰਜੈਂਸਾ ਦੀ ਯੂਜ਼ ਹੁੰਦੀ ਹੈ, ਜਾਂ ਗੱਡੀ ਜਿਹੜੀ ਖਰਾਬ ਹੋ ਜਾਵੇ ਉੱਥੇ ਉਸ ਗੱਡੀ ਨੂੰ ਕੁਰਸੀਆਂ ਦੀ ਐਮਰਜੈਂਸਾ ਵਿੱਚ ਖੜਾ ਸਕਦੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਰਿਜ਼ਰਵਾਤਾ, ਰਿਜ਼ਰਵਾਤਾ ਹੁੰਦਾ ਰਿਜ਼ਰਵਡ। ਠੀਕ ਹੈ ਜੀ। ਡੈਸਟੀਨਾਦਾ ਐਕਸਕਲੂਸੀਵਾ ਮੈਂਤੇ ਆਲਾ ਚਿਰਕੁਲਾਸੀਓਨੇ ਦੀ ਉਹਨਾਂ ਪ੍ਰਤੀਗੋਲਾ ਕੈਟੇਗੋਰੀਆ ਦੀ ਵਹੀਕੋਲੀ ਐਕਸਕਲੂਸੀਵਾ ਮੈਂਤੇ, ਇਹ ਤੁਸੀਂ ਦਿਮਾਗ ਦੇ ਵਿੱਚ ਲਿਖ ਲਓ। ਜੇ ਤੁਹਾਡੇ ਕੋਲ ਨਾ ਦਿਮਾਗ ਦੇ ਵਿੱਚ ਲਿਖਣ ਵਾਲਾ ਕੋਈ ਪੈੱਨ ਤੁਹਾਡਾ ਤੁਸੀਂ ਕ੍ਰੀਏਟ ਕੀਤਾ ਆਪਣੇ ਦਿਮਾਗ ਦੇ ਵਿੱਚ, ਉਸ ਪੈੱਨ ਨੂੰ ਚੱਕੋ ਅਤੇ ਆਸ ਵਰਡ ਨੂੰ ਲਿਖ ਲਓ। ਐਕਸਕਲੂਸੀਵਾ ਮੈਂਤੇ, ਐਕਸਕਲੂਸੀਵਾ ਮੈਂਤੇ ਹੁੰਦਾ ਹੈ ਸਿਰਫ ਅਤੇ ਸਿਰਫ। ਠੀਕ ਹੈ ਜੀ। ਸਿਰਫ ਅਤੇ ਸਿਰਫ, ਐਕਸਕਲੂਸੀਵਾ ਮਤਲਬ ਹੁੰਦਾ ਹੈ ਸਿਰਫ ਸਿਰਫ, ਓਨਲੀ ਓਨਲੀ। ਠੀਕ ਹੈ ਜੀ। ਅਲਾ ਚਿਰਕੁਲਾਸੀਓਨੇ ਦੀ ਉਹਨਾਂ ਪਰਟੀਕੁਲਾਰੇ, ਅਲਾ ਚਿਰਕੁਲਾਸੀਓਨੇ ਦੀ ਉਹਨਾਂ ਪਰਟੀਕੁਲਾਰੇ ਕੈਟੇਗੋਰੀਆ ਪਰਟੀਕੁਲਰ, ਪਰਟੀਕੁਲਰ ਹੁੰਦਾ ਹੈ ਵਿਸ਼ੇਸ਼ ਰੂਪ ਜਾਂ ਵਿਸ਼ੇਸ਼ ਗੱਡੀਆਂ, ਪਰਟੀਕੁਲਰ ਇੱਕ ਖਾਸ ਗੱਡੀਆਂ, ਕੈਟੇਗੋਰੀਆ, ਕੈਟੇਗੋਰੀਆ ਹੁੰਦਾ ਆ ਕੈਟੇਗਰੀਜ਼, ਯਾਨੀ ਕਿ ਉਹਨਾਂ ਦੀ ਬਣਤਰ ਜਿਹੜੀਆਂ ਗੱਡੀਆਂ ਦੀ ਹੁੰਦੀ ਆ। ਦੀ ਵਹੀਕੁਲੀ, ਵਹੀਕੁਲੀ ਹੁੰਦੀਆਂ ਗੱਡੀਆਂ। ਐਗਜ਼ਾਮਪਲ ਟੈਕਸੀ ਔਰ ਆਟੋਬੂਸ। ਰਿਜ਼ਰਵਾਤਾ, ਕੁਰਸੀਆ ਰਿਜ਼ਰਵਾਤਾ ਦੇ ਵਿੱਚ ਸਿਰਫ ਟੈਕਸੀ ਜਾਂ ਆਟੋਬੂਸ ਹੀ ਜਾ ਸਕਦੀਆਂ। ਇਹਨਾਂ ਨੇ ਲੰਮਾ ਚੌੜਾ ਕਰਕੇ ਇਸ ਕਰਕੇ ਦੱਸਿਆ, ਜਦੋਂ ਤੁਸੀਂ ਗਾਂਹ ਕੁਇਜ਼ ਕਰਨੇ ਆ, ਟਰੂ ਫਾਲਸ ਕਰਨੇ, ਉਹਦੇ ਵਿੱਚ ਆਹ ਚੀਜ਼ਾਂ ਦੱਸੀਆਂ ਹੋਣੀਆਂ ਆ। ਠੀਕ ਹੈ ਜੀ। ਉਹੀ ਚੀਜ਼ਾਂ ਇਹਨਾਂ ਨੇ ਇੱਥੇ ਲਿਖੀਆਂ ਆ ਜਿਹੜੀਆਂ ਉਹਨਾਂ ਦੇ ਵਿੱਚ ਹੋਣੀਆਂ। ਇਸੇ ਕਰਕੇ ਮੈਂ ਇਹਨੂੰ ਪ੍ਰੀਫਰ ਕਰਦਾ ਹਾਂ ਤੁਹਾਨੂੰ ਸਮਝਾਉਣ ਦੇ ਲਈ। ਡੈਸਟੀਨਾਤਾ, ਡੈਸਟੀਨਾਤਾ ਦਾ ਮਤਲਬ ਹੁੰਦਾ ਆ ਵੀ ਉਹਨਾਂ ਨੂੰ ਉਹਨਾਂ ਲਈ ਡਿਜ਼ਾਈਨਡ ਕੀਤਾ ਗਿਆ ਆ, ਐਕਸਕਲੂਸੀਵਾ ਮੈਂਤੇ, ਸਿਰਫ ਅਤੇ ਸਿਰਫ। ਠੀਕ ਹੈ ਜੀ। ਉਸ ਤੋਂ ਬਾਅਦ ਸਪੈਸ਼ਲੀਜ਼ਾਤਾ, ਸਪੈਸ਼ਲੀਜ਼ਾਤਾ ਦਾ ਮਤਲਬ ਹੁੰਦਾ ਸਪੈਸ਼ਲਾਈਜ਼ਡ, ਯਾਨੀ ਕਿ ਉਹਨਾਂ ਨੂੰ ਉਹਨਾਂ ਲਈ ਸਪੈਸ਼ਲ ਬਣੀਆਂ ਹੋਵੇ, ਜਿਹੜੇ ਕੁਰਸੀਆਂ ਸਪੈਸ਼ਲ ਬਣੇ ਹੋਣ। ਸਪੈਸ਼ਲ ਕੁਰਸੀਆਂ ਸਪੈਸ਼ਲੀਜ਼ਾਤਾ ਦਾ ਪਤਾ ਲੱਗ ਗਿਆ, ਰਿਜ਼ਰਵਾਤਾ ਦਾ ਪਤਾ ਲੱਗ ਗਿਆ, ਐਮਰਜੈਂਸਾ ਦਾ ਪਤਾ ਲੱਗ ਗਿਆ, ਦਿਛਲਸਨ ਪਤਾ ਲੱਗ ਗਿਆ, ਅਛਲਸਨ ਦਾ ਪਤਾ ਲੱਗ ਗਿਆ। ਹੁਣ ਸਪੈਸ਼ਲੀਜ਼ਾਤਾ ਦਾ ਤੁਹਾਨੂੰ ਮੈਂ ਦੱਸਦਾ ਕੀ ਹੁੰਦਾ ਆ, ਕੁਰਸੀਆਂ ਕਿਹੜਾ ਟਰੈਕ ਹੁੰਦਾ ਜਿਹੜਾ, ਇਹ ਹੁੰਦਾ ਹੈ ਡੈਸਟੀਨਾਤਾ। ਹੁਣ ਤੁਸੀਂ ਆਪਣੇ ਦਿਮਾਗ ਦੇ ਵਿੱਚ ਜਦੋਂ ਆਹ ਪੜ੍ਹ ਰਹੇ ਹਾਂ, ਹੈ ਨਾ, ਆਹ ਚੀਜ਼ ਪੜ੍ਹ ਰਹੇ ਹਾਂ, ਤੁਸੀਂ ਹਾਈਵੇ ਦਿਮਾਗ ਦੇ ਵਿੱਚ ਰੱਖੋ। ਠੀਕ ਹੈ। ਤੁਸੀਂ ਛੋਟੇ ਪਿੰਡਾਂ ਵਾਲੇ ਰੋਡ ਨਾ ਦਿਮਾਗ ਦੇ ਵਿੱਚ ਰੱਖੋ, ਹਾਈਵੇ ਵੱਡੇ ਰੋਡ ਜਿਨ੍ਹਾਂ ਦੇ ਵਿੱਚ ਬਹੁਤ ਬਹੁਤ ਟਰੈਕਸ ਹੁੰਦੇ ਆ, ਠੀਕ ਹੈ, ਉਹਨਾਂ ਨੂੰ ਦਿਮਾਗ ਦੇ ਵਿੱਚ ਰੱਖੋ। ਜੇ ਉਹ ਦਿਮਾਗ ਦੇ ਵਿੱਚ ਰੱਖ ਕੇ ਤੁਸੀਂ ਇਹ ਪੜੂੰਗੇ ਤਾਂ ਤੁਹਾਨੂੰ ਜਲਦੀ ਸਮਝ ਆ ਜੂਗੀ। ਅਗਰ ਤੁਸੀਂ ਸੋਚੀ ਜਾਓਗੇ ਵੀ ਯਾਰ ਛੋਟੇ ਜਿਹੇ ਰੋਡ ਹੁੰਦੇ, ਉੱਥੇ ਇੰਨੇ ਇੰਨੇ ਰੋਡ ਗਾਹਾਂ ਗਾਹਾਂ ਕਿੱਦਾਂ ਹੋ ਜੂਗੇ, ਨਾਲ ਤਾਂ ਖੇਤ ਪੈ ਜਾਂਦੇ ਆ, ਤਾਂ ਉਹ ਨਾ ਦਿਮਾਗ ਦੇ ਵਿੱਚ ਰੱਖੋ। ਤੁਸੀਂ ਹਾਈਵੇ ਦਿਮਾਗ ਦੇ ਵਿੱਚ ਰੱਖ ਕੇ ਸਮਝੋਗੇ ਨਾ ਮੇਰੀ ਗੱਲ ਨੂੰ, ਤਾਂ ਜਲਦੀ ਤੁਹਾਡਾ ਦਿਮਾਗ ਫੜ ਲਊਗਾ ਇਸ ਗੱਲ ਨੂੰ। ਠੀਕ ਹੈ ਜੀ। ਸਪੈਸ਼ਲੀ ਜ਼ਿਆਦਾ ਦਾ ਮਤਲਬ ਹੁੰਦਾ ਹੈ ਡੈਸਟੀਨਾਤਾ ਡਿਟਰਮੀਨਾਤੇ ਮਨੋਵਰੇ। ਐਗਜ਼ਾਮਪਿਓ ਸੁਰਪਾਸੋ ਸੋਸਤਾ ਸਵੋਲਤਾ। ਹੁਣ ਸਪੈਸ਼ਲੀ ਜ਼ਿਆਦਾ ਜਿਹੜਾ ਕੁਰਸੀਆ ਸਪੈਸ਼ਲੀ ਜ਼ਿਆਦਾ ਕਿਹੜਾ ਹੁੰਦਾ ਆ, ਉਹ ਹੁੰਦਾ ਆ ਡੈਸਟੀਨਾਤਾ ਡਿਟਰਮੀਨਾਤੇ ਮਨੋਵਰੇ, ਜਿਹੜਾ ਡਿਜ਼ਾਈਨਡ ਕੀਤਾ ਹੁੰਦਾ ਆ ਡੈਟਰਮਾਈਂਡ ਕਰਨ ਦੇ ਲਈ ਮਨੋਵਰੇ, ਮਨੋਵਰਿਆਂ ਨੂੰ ਉਹਨਾਂ ਦਾ ਮੂਲ ਰੂਪ ਦੇਣ ਲਈ। ਮਨੋਵਰੇ ਕੀ ਹੁੰਦੇ ਆ? ਮਨੋਵਰੇ ਹੁੰਦਾ ਆ ਮੂਵਮੈਂਟਸ, ਮੂਵਮੈਂਟਸ ਕਿਹੜੀਆਂ ਕਿਹੜੀਆਂ? ਸੁਰਪਾਸੋ ਦੀ ਮੂਵਮੈਂਟ, ਸੁਰਪਾਸੋ ਕੀ ਹੁੰਦਾ ਆ? ਟੇਕ ਓਵਰਟੇਕ, ਇਹਨੂੰ ਵੀ ਦਿਮਾਗ ਦੇ ਵਿੱਚ ਬਿਠਾ ਲਓ। ਸੁਰਪਾਸੋ ਹੁੰਦਾ ਆ ਓਵਰਟੇਕ। ਮੈਂ 20 ਵਾਰ ਕਹਿੰਦਾ ਹੁੰਦਾ ਕਿ ਅਗਰ ਤੁਹਾਨੂੰ ਵੀਡੀਓ ਦੇ ਵਿੱਚ ਨਹੀਂ ਸਮਝ ਲੱਗੀ ਹੈ ਨਾ ਮੈਂ ਕੀ ਕਿਹਾ ਆ, ਤਾਂ ਤੁਸੀਂ ਇਹਨੂੰ ਬੈਕ ਕਰਕੇ ਹਮੇਸ਼ਾ ਦੇਖਿਆ ਕਰੋ, ਬੈਕ ਕਰਕੇ ਉਹਨੂੰ ਦੁਬਾਰਾ ਸੁਣ ਲਿਆ ਕਰੋ। ਵੀਡੀਓ ਪੰਜਾਬ ਜਾ ਕੇ ਨਾ ਦੇਖੋ, ਠੀਕ ਹੈ ਜੀ, ਪੰਜਾਬ ਜਾ ਕੇ ਦੇਖੋਗੇ ਤੁਹਾਨੂੰ ਕੁਛ ਨਹੀਂ ਸਮਝ ਪੈਣਾ। ਸੁਰਪਾਸੋ ਹੁੰਦਾ ਓਵਰਟੇਕ, ਸੋਸਤਾ ਹੁੰਦਾ ਆ ਤੁਹਾਨੂੰ ਦੱਸਿਆ ਜੀ, ਸੋਸਤਾ ਇਹ ਥੋੜ੍ਹੇ ਟਾਈਮ ਲਈ ਜਿਹੜੀ ਪਾਰਕਿੰਗ ਕਰਨੀ ਉਹਨੂੰ ਸੋਸਤਾ ਕਹਿ ਦਿੰਦੇ ਆ। ਸਵੋਲਤਾ, ਸਵੋਲਤਾ ਹੁੰਦਾ ਮੁੜਨਾ, ਯਾਨੀ ਕਿ ਮੁੜਨਾ, ਪਿੱਛੇ ਨੂੰ ਮੁੜਨਾ, ਜਿੱਧਰ ਨੂੰ ਮਰਜ਼ੀ ਮੁੜਨਾ। ਸਵੋਲਤਾ ਦਾ ਮਤਲਬ ਹੁੰਦਾ ਮੁੜਨਾ, ਪਿੱਛੇ ਨੂੰ ਮੁੜਨ ਲਈ ਸੱਚ ਉਹ ਹੋਰ ਕੁਛ ਕਹਿੰਦੇ ਆ, ਪਿੱਛੇ ਨੂੰ ਮੁੜਨ ਲਈ ਕਹਿੰਦੇ ਰੇਤਰੋ ਮਾਰਚਾ ਜਾਂ ਬੈਕ ਜਾਣਾ, ਰੇਤਰੋ ਮਾਰਚਾ। ਹਾਂ, ਇੱਕ ਹੋਰ ਗੱਲ ਦੱਸ, ਰੇਤਰੋ ਮਾਰਚਾ ਹੁੰਦਾ ਆ ਵੀ ਬੈਕ ਗੱਡੀ ਲੈ ਕੇ ਜਾਣਾ, ਰੇਤਰੋ ਮਾਰਚਾ ਕਦੀ ਵੀ ਨਹੀਂ ਕਰਨਾ ਹੈਗਾ। ਇਸ ਇਟਲੀ ਦੇ ਵਿੱਚ ਰੇਤਰੋ ਮਾਰਚਾ ਕਰਨ ਵਾਲੇ ਵੱਖਰੇ ਰੋਡ ਹੁੰਦੇ ਆ, ਉਹ ਵੀ ਕੋਈ ਕੋਈ ਹੁੰਦੇ ਜਿੱਥੇ ਰੇਤਰੋ ਮਾਰਚਾ ਕਰ ਸਕਦੇ, ਪਰ ਯਾਨੀ ਕਿ ਨਾ ਮਾਤਰ ਹੀ ਹੁੰਦੇ, ਅਸੀਂ ਕਰ ਨਹੀਂ ਸਕਦੇ ਰੇਤਰੋ ਮਾਰਚਾ।
ਬੈ ਗੱਡੀ ਨੂੰ ਬੈਕ ਲੈ ਕੇ ਜਾ ਹੀ ਨਹੀਂ ਸਕਦੇ ਰੋਡ ਦੇ ਉੱਪਰ, ਗੱਡੀ ਬੈਕ ਸਿਰਫ ਆਪਣੀ ਪ੍ਰਾਈਵੇਟ ਜਗ੍ਹਾ ਦੇ ਉੱਪਰ ਲੈ ਕੇ ਜਾ ਸਕਦੇ ਹਾਂ। ਗੱਡੀ ਬੈਕ ਕਰਨੀ ਉਦੋਂ ਕਰਨੀ ਹੈ ਜਦੋਂ ਤੁਸੀਂ ਗੱਡੀ ਮੋੜਨੀ ਹੈ ਇੱਕੋ ਜਗ੍ਹਾ ਤੋਂ, ਗੱਡੀ ਨੂੰ ਬੈਕ ਨਹੀਂ ਲੈ ਕੇ ਜਾ ਸਕਦੇ, ਗੱਡੀ ਮੋੜ ਸਕਦੇ ਇੱਕ ਸੜਕ ਦੇ ਉੱਪਰੋਂ। ਉਹ ਵੀ ਵੱਖਰੀਆਂ ਵੱਖਰੀਆਂ ਸੜਕਾਂ ਬਣੀਆਂ ਹੁੰਦੀਆਂ ਜਿੱਥੇ ਤੁਸੀਂ ਗੱਡੀ ਮੋੜ ਸਕਦੇ ਹਾਂ, ਪਰ ਹਰੇਕ ਸੜਕ ਤੋਂ ਨਹੀਂ ਗੱਡੀ ਮੋੜ ਸਕਦੇ, ਠੀਕ ਹੈ ਜੀ। ਸਹੂਲਤਾਂ ਉਹਨੂੰ ਕਹਿ ਦਿੰਦੇ ਆ ਜਿਹੜੀ ਗੱਡੀ ਇੱਦਾਂ ਗੱਡੀ ਦਾ ਮੋੜ ਕੱਟਣਾ ਹੋਵੇ, ਠੀਕ ਹੈ ਜੀ। ਬੈਕ ਕਰਨਾ ਜਾਂ ਗੱਡੀ ਨੂੰ ਘੁਮਾ ਕੇ ਲੈ ਕੇ ਜਾਣਾ ਉਹ ਨਹੀਂ, ਗੱਡੀ ਦਾ ਮੋੜ ਕੱਟਣਾ ਜਾਣੀ ਕਿ ਖੱਬੇ ਤੋਂ ਸੱਜੇ ਜਾਣਾ। ਉਸ ਤੋਂ ਬਾਅਦ ਲੇ ਕੁਰਸੀ ਏ ਪੁਰਸੋਨੋ ਐਸਰੇ ਵੇਚਾ ਅਤੇ ਆ ਤੱਲੂ ਨਹੀਂ ਟੀ ਪੀ ਦੀ ਵਾਈ ਕੋਲੀ, ਠੀਕ ਹੈ ਜੀ। ਹੁਣ ਮੈਂ ਹੁਣੇ ਹੁਣੇ ਜੋ ਮੈਂ ਗੱਲ ਤੁਹਾਨੂੰ ਦੱਸ ਕੇ ਡਿਆ ਉਹੀ ਆ ਗਈ। ਲੇ ਕੁਰਸੀ ਏ ਜਿਹੜੇ ਟਰੈਕਸ ਆ ਪੋਸੋਨੋ ਐਸਰੇ ਹੋ ਸਕਦੇ, ਪੋਸੋਨੋ ਹੁੰਦਾ ਆ ਹੋ ਸਕਣਾ, ਐਸਰੇ ਹੋਣਾ, ਪੋਸੋਨੋ ਹੁੰਦਾ ਸਕਣਾ, ਐਸਰੇ ਹੁੰਦਾ ਆ ਹੋਣਾ। ਵਿਏਤਾ ਤੇ ਨੂੰ ਵੀ ਚੇਤੇ ਰੱਖ ਲਓ ਚੰਗੀ ਤਰ੍ਹਾਂ। ਵਿਏਤਾ ਤੇ ਹੁੰਦਾ ਆ ਮਨਾ ਹੀ ਕੀਤੀ ਗਈ। ਆ ਤੱਲੂਨੀ ਦਾ ਮਤਲਬ ਹੁੰਦਾ ਕਈ, ਟੀ ਪੀ ਹੁੰਦਾ ਟਾਈਪ ਦੀ ਵਹੀਕਲੀ, ਜਿਹੜੇ ਕੁਰਸੀ ਹੁੰਦੇ ਆ ਉੱਥੇ ਲਾਈਨ ਦਾ ਮਤਲਬ ਆ ਵੀ ਕਈ ਟਾਈਪ ਦੇ ਜਿਹੜੇ ਵਹੀਕਲਸ ਆ ਉਹਨਾਂ ਲਈ ਮਨਾਹੀ ਕੀਤੀ ਗਈ ਹੁੰਦੀ ਆ। ਕਈ ਟਾਈਪ ਦੇ ਜਿਹੜੇ ਹਰੇਕ ਕੁਰਸੀ ਦੇ ਉੱਪਰ ਹਰੇਕ ਟਾਈਪ ਦਾ ਦੀ ਗੱਡੀ ਨਹੀਂ ਜਾ ਸਕਦੀ, ਵੱਖਰੇ ਟਰੈਕ ਦੇ ਉੱਪਰ ਵੱਖਰੀ ਟਾਈਪ ਦੀ ਗੱਡੀ ਚੱਲ ਸਕਦੀ ਹੈ, ਠੀਕ ਹੈ ਜੀ। ਹਰੇਕ ਟਰੈਕ ਜਿਹੜਾ ਹੁੰਦਾ ਹਰੇਕ ਗੱਡੀ ਲਈ ਨਹੀਂ ਬਣਿਆ ਹੁੰਦਾ, ਠੀਕ ਹੈ ਜੀ। ਉਹ ਉੱਪਰ ਨਿਸ਼ਾਨ ਦਿੱਤੇ ਹੁੰਦੇ, ਉਹ ਮੈਂ ਤੁਹਾਨੂੰ ਸਮਝਾ ਦਊਂਗਾ। ਲੇ ਐਂਤੇ ਪ੍ਰੋਪਰਟਾਰੀਓ ਦੈਲਾ ਸਤਰਾਦਾ ਪੋ ਇੰਪੋਰੇ ਕੇ ਸੂ ਉਹਨਾਂ ਕੁਰਸੀਆ ਹੀ ਵਹੀਕੁਲੀ ਤਰਾਂਸੀਦਾ ਨੂੰ ਅੱਧ ਉਹਨਾਂ ਵਿਲੋਸ਼ੀਦਾ ਮਿਨੀਮਾ ਓਬਲੀਗਾਦੋਰੀਆ। ਲੇ ਐਂਤੇ ਪ੍ਰੋਪਰੇਤਾਰੀਓ, ਐਂਤੇ ਪ੍ਰੋਪਰੇਤਾਰੀਓ ਕੌਣ ਆ? ਐਂਤੇ ਪ੍ਰੋਪਰੇਤਾਰੀਓ ਸਾਡਾ ਮੇਅਰ ਹੋ ਸਕਦਾ, ਸਾਡੀ ਸਰਕਾਰ ਹੋ ਸਕਦੀ ਆ। ਦੈਲਾ ਸਤਰਾਦਾ, ਪ੍ਰੋਪਰੇਤਾਰੀਓ ਦਾ ਮਤਲਬ ਕਹਿੰਦਾ ਮਾਲਕ, ਠੀਕ ਹੈ ਜੀ। ਦੈਲਾ ਸਤਰਾਦਾ ਯਾਨੀ ਕਿ ਰੋਡ ਦਾ ਮਾਲਕ, ਦੈਲਾ ਸਤਰਾਦਾ ਪੋ ਇੰਪੋਰੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਦਿਮਾਗ ਦੇ ਵਿੱਚ ਬਿਠਾਲ ਲਓ। ਇੰਪੋਰੇ ਹੁੰਦਾ ਆ ਉਹ ਦੱਸ ਸਕਦਾ, ਠੀਕ ਹੈ ਜੀ। ਇੰਪੋਰੇ ਹੁੰਦਾ ਦੱਸ ਸਕਣਾ, ਵੀ ਉਹ ਕਹਿ ਸਕਦਾ ਆ, ਠੀਕ ਹੈ ਜੀ। ਕਿ ਸੂ ਉਹਨਾਂ ਕੁਰਸੀਆ ਅਤੇ ਕਿ ਸੂ ਉਹਨਾਂ ਕੁਰਸੀਆ ਆਵਲਾ ਵਰਡ ਵੀ ਚੇਤੇ ਰੱਖ ਲਓ, ਮੈਨੂੰ ਦਿਮਾਗ 'ਚ ਆ ਗਿਆ ਹੁਣੇ ਕਿ ਇਹ ਬਹੁਤ ਵਰਡ ਯੂਜ਼ ਹੁੰਦਾ। ਇੰਪੋਰੇ ਦੱਸਣਾ, ਠੀਕ ਹੈ ਜੀ, ਦਰਸਾਉਣਾ, ਇੰਪੋਰੇ ਜਾਂ ਕਹਿਣਾ ਜਾਂ ਉਹਨਾਂ ਨੂੰ ਵੀ ਉਹ ਕਰਨਾ ਹੀ ਕਰਨਾ ਆ। ਇੰਪੋਰੇ ਉਹ ਹੁੰਦਾ ਕਿ ਸੂਨਾ ਕੁਰਸੀਆ ਈ ਵਹੀਕੁਲੀ ਇੱਕ ਕੇ ਸੂਨਾ ਕੁਰਸੀਆ ਇੱਕ ਟਰੈਕ ਦੇ ਉੱਪਰ ਈ ਵਹੀਕੁਲੀ ਜਿਹੜੀਆਂ ਗੱਡੀਆਂ ਹੈ ਤਰਾਂਸੀਤਾਨੋ, ਆਹ ਦੇਖੋ ਤਰਾਂਸੀਤਾਨੋ ਮਤਲਬ ਹੁੰਦਾ ਆ ਵੀ ਉਹਦੇ ਉੱਪਰ ਚੱਲਣਾ ਜਾਂ ਚਿਰਕੁਲਾਰੇ ਕਰਨਾ ਜਾਂ ਕੁਛ ਵੀ ਕਹਿ ਸਕਦੇ ਹਾਂ, ਠੀਕ ਹੈ ਜੀ। ਅੱਧ ਉਹਨਾਂ ਵਿਲੋਸੀ ਦਾ ਮਿਨੀਮਾ ਓਬਲੀਗਾਦੋਰੀ ਆ, ਅੱਧ ਉਹਨਾਂ ਵਿਲੋਸੀ ਦਾ ਇੱਕ ਵਿਲੋਸੀ ਦਾ ਹੁੰਦਾ ਆ ਸਪੀਡ, ਇੱਕ ਸਪੀਡ ਮਿਨੀਮਮ ਹੁੰਦਾ ਯਾਨੀ ਘੱਟ ਤੋਂ ਘੱਟ ਸਪੀਡ ਓਬਲੀਗਾਦੋਰੀਆ ਵੀ ਦਿਮਾਗ ਦੇ ਵਿੱਚ ਬਿਠਾਲ ਲਓ। ਓਬਲੀਗਾਦੋਰੀਆ ਹੁੰਦਾ ਜ਼ਰੂਰੀ, ਯਾਨੀ ਕਿ ਹੋਣਾ ਹੀ ਹੋਣਾ ਆ, ਠੀਕ ਹੈ ਜੀ। ਜ਼ਰੂਰੀ ਓਬਲੀਗਾਦੋਰੀਆ ਉਹ ਕਹਿੰਦੇ ਵੀ ਜਿਹੜਾ ਪ੍ਰੋਪਰੇਤਾਰੀਓ ਜਿਹੜਾ ਮਾਲਕ ਆ ਰੋਡ ਦਾ ਉਹ ਦੱਸ ਸਕਦਾ ਆ ਜਾਂ ਕਹਿ ਸਕਦਾ ਆ ਕਿ ਇੱਕ ਜਿਹੜੀ ਗੱਡੀ ਆ ਉਹ ਰੋਡ ਦੇ ਉੱਪਰ ਮਿਨੀਮਮ ਸਪੀਡ ਕਿਹੜੀ ਮਿਨੀਮਮ ਸਪੀਡ 'ਤੇ ਚੱਲਣੀ ਚਾਹੀਦੀ ਹੈ, ਠੀਕ ਹੈ ਜੀ। ਅਤੇ ਉਹ ਯਾਨੀ ਕਿ ਕੁਰਸੀਏ ਦੇ ਯਾਨੀ ਕਿ ਹਰੇਕ ਰੋਡ ਦੇ ਉੱਪਰ ਹਰੇਕ ਕੁਰਸੀਏ ਦੇ ਉੱਪਰ ਆਪਣੀ ਵੱਖਰੀ ਉਹਦੀ ਸਪੀਡ ਹੁੰਦੀ ਆ ਵੀ ਉਸੇ ਸਪੀਡ 'ਤੇ ਉਹ ਚੱਲਣੀ ਆ। ਨੋਨ ਏ ਵੇਰੋ ਕਿ ਨੋਨ ਪੋਈ ਮਾਈ ਐਸਰੇ ਤਰਵੈ ਸਾਦਾ ਦਾਈ ਪਿਦੋਨੀ, ਉਹ ਕਹਿੰਦੇ ਇਹ ਕਦੀ ਸਹੀ ਨਹੀਂ ਹੈ। ਨੋਨ ਏ ਵੇਰੋ ਨਹੀਂ ਸਹੀ ਹੈ ਕਿ ਨੋਨ ਪੋ ਮਾਈ ਕਿ ਕਦੀ ਵੀ ਨਹੀਂ ਐਸਰੇ ਰਿਜ਼ਰਵਾਦਾ ਹੋ ਸਕਦੇ ਅਤਰਵੈਸਾਤਾ ਹੋ ਸਕਣਾ ਅਤਰਵੈਸਾਤਾ ਯਾਨੀ ਕਿ ਲੰਘਣਾ ਦਾਈ ਪਿਦੋਨੀ ਪਿਦੋਨੀ ਜਿਹੜੇ ਤੁਰ ਕੇ ਜਾਂਦੇ ਆ ਉਹ ਕਹਿੰਦੇ ਇੱਦਾਂ ਕਦੇ ਨਹੀਂ ਹੋ ਸਕਦਾ ਕਿ ਬੰਦੇ ਉਹਦੇ ਉੱਪਰ ਦੀ ਨਹੀਂ ਲੰਘ ਸਕਦੇ। ਓਕੇ ਸੂਨ ਅਸਤੀਸਾ ਕੁਰਸੀ ਅਪੋਸਟਰੋ ਸ਼ਿਰਕੁਲਾਰੇ ਫੰਕਿਆਤੀ ਦੂਏ ਮੋਦੋਸ਼ਿਕਲੀ ਔਰ ਦੂਏ ਸ਼ਿਕਲੋਮੈਟਰੀ, ਜਾਂ ਇੱਦਾਂ ਵੀ ਨਹੀਂ ਕਦੀ ਹੋ ਸਕਦਾ ਕਿ ਇੱਕੋ ਹੀ ਕੁਰਸੀ ਦੇ ਉੱਪਰ, ਹੁਣ ਮੈਂ ਤੁਹਾਨੂੰ ਦੱਸਦਾ ਇੱਕੋ ਹੀ ਟਰੈਕ ਆ, ਇੱਕ ਟਰੈਕ ਆ ਹੈ ਨਾ, ਤੁਹਾਨੂੰ ਬਣਾ ਕੇ ਦੱਸਿਆ ਸੀ, ਇਹਦੇ ਉੱਪਰ ਦੋ ਮੋਟਰਸਾਈਕਲ ਇਕੱਠੇ ਨਹੀਂ ਜਾ ਸਕਦੇ। ਇਹ ਯਾਨੀ ਕਿ ਜਾ ਸਕਦੇ ਆ, ਉਹ ਕਹਿੰਦੇ ਜੇ ਤੁਸੀਂ ਸਮਝੋ ਹੈ ਨਾ ਵੀ ਦੋ ਇੱਕੋ ਹੀ ਕੁਰਸੀ ਹੋਵੇ, ਦੋ ਇਕੱਠੇ ਮੋਟਰਸਾਈਕਲ ਇੱਦਾਂ ਲਾਈਨ ਬਣਾ ਕੇ ਦੋਨੇ ਜਾ ਰਹੇ ਆ ਇੱਦਾਂ, ਗੱਡੀਆਂ ਹਾਲਾਂਕਿ ਇੱਦਾਂ ਨਹੀਂ ਜਾ ਸਕਦੀਆਂ, ਮੋਟਰਸਾਈਕਲ ਜਾ ਸਕਦੇ ਆ, ਠੀਕ ਹੈ ਜੀ। ਮੋਟਰਸਾਈਕਲ ਯਾਨੀ ਕਿ ਜਾ ਸਕਦੇ ਆ, ਇਹਨੂੰ ਦਿਮਾਗ ਦੇ ਵਿੱਚ ਬਿਠਾਲ ਲਿਓ, ਠੀਕ ਹੈ ਜੀ। ਅਤੇ ਗੱਬੇ ਦੀ ਬੰਦੇ ਵੀ ਲੰਘ ਸਕਦੇ ਆ ਇੱਦਾਂ,
ਇੱਦਾਂ ਬੰਦੇ ਵੀ ਲੰਘ ਸਕਦੇ ਆ, ਇਹ ਕਦੀ ਵੀ ਸਹੀ ਨਹੀਂ ਆ, ਪਰ ਹਾਈਵੇ 'ਤੇ ਨਹੀਂ ਲੰਘ ਸਕਦੇ ਬੰਦੇ, ਠੀਕ ਹੈ ਜੀ, ਹਾਈਵੇ 'ਤੇ ਨਹੀਂ ਲੰਘ ਸਕਦੇ, ਜੇ ਅਗਰ ਐਮਰਜੈਂਸੀ ਹੈ ਤਾਂ ਲੰਘ ਸਕਦੇ ਆ। ਇਹ ਯਾਨੀ ਕਿ ਜੇ ਤੁਹਾਨੂੰ ਸਵਾਲ ਆਵੇ ਜਾਂ ਗਾਹਾਂ ਕੁਸ਼ਚਨ ਆਵੇ, ਕੁਇਜ਼ ਆਵੇ ਕਿ ਉਹ ਕਹਿੰਦੇ ਹੋਣ ਵੀ ਬੰਦੇ ਨਹੀਂ ਲੰਘ ਸਕਦੇ ਜਾਂ ਮੋਟਰਸਾਈਕਲ ਇਕੱਠੇ ਇੱਕੋ ਕੁਰਸੀ 'ਤੇ ਨਹੀਂ ਜਾ ਸਕਦੇ, ਉਹ ਰੋਂਗ ਕਰਨਾ ਹੈ ਤੁਸੀਂ, ਠੀਕ ਹੈ ਜੀ, ਉਹਨੂੰ ਫਾਲਸੋ ਕਰ ਦੇਣਾ ਵੀ ਹਾਂ ਇਹ ਫਾਲਸੋ ਆ, ਜਾ ਸਕਦੇ ਆ। ਜੇ ਇੱਥੇ ਲਿਖਿਆ ਹੁੰਦਾ ਵੀ ਜਾ ਸਕਦੇ ਆ, ਫਿਰ ਤੁਸੀਂ ਉਹਨੂੰ ਵੇਰੋ ਕਰ ਦੇਣਾ, ਠੀਕ ਹੈ ਜੀ। ਚਲੋ ਇਹ ਕੁਇਜ਼ ਤਾਂ ਅਸੀਂ ਬਹੁਤ ਹਲੇ ਟਾਈਮ ਪਿਆ ਆ ਸਾਨੂੰ ਕੁਇਜ਼ ਕਰਨ ਦੇ ਲਈ, ਅਤੇ ਅੱਜ ਦਾ ਇਹ ਹੋ ਗਿਆ ਕੰਪਲੀਟ। ਕੁਰਸੀਆ ਵੀ ਅਸੀਂ ਕਰ ਲਿਆ ਆ, ਸਰਾਹ ਦਾ ਕਲੇਜਾ ਦਾ ਕੁਰਸੀਆ ਅਸੀਂ ਕਰ ਲਿਆ ਆ, ਅਤੇ ਹੌਲੀ ਹੌਲੀ ਤੁਹਾਨੂੰ ਸਾਰਾ ਹੀ ਕਰਵਾ ਦੇਵਾਂਗੇ, ਅਤੇ ਇੱਥੇ ਵੀਡੀਓ ਅੱਜ ਸਮਾਪਤ ਹੁੰਦੀ ਆ। ਓਕੇ ਜੀ, ਟਾਟਾ ਬਾਏ ਬਾਏ। ਅਤੇ ਇਹਦੇ ਵਿੱਚ ਕੋਈ ਵੀ ਹੋਰ ਫੋਟੋ ਲਾਉਣ ਦੀ ਲੋੜ ਨਹੀਂ ਹੈਗੀ ਮੇਰੇ ਹਿਸਾਬ ਨਾਲ ਅੱਜ, ਕਿਉਂਕਿ ਕੁਰਸੀ ਆ ਤੁਸੀਂ ਆ ਫੋਟੋ ਦੇਖ ਹੀ ਲਈ ਆ ਕਿਹੜੀ ਆ, ਦੇਖੋ ਜਿਹੜੀ ਔਰੇਂਜ ਹੋ ਗਈ ਫੋਟੋ, ਇਹਦਾ ਤੁਸੀਂ ਦੇਖ ਹੀ ਲਈ ਆ ਕੁਰਸੀ ਆ ਹੁੰਦਾ ਕਿ ਤੁਹਾਨੂੰ ਡਾਇਗਰਾਮ ਬਣਾ ਕੇ ਵੀ ਦੱਸ ਦਿੱਤਾ ਹੋਇਆ, ਇਸ ਕਰਕੇ ਫੋਟੋ ਲਾਉਣ ਦੀ ਕੋਈ ਲੋੜ ਹੀ ਨਹੀਂ ਹੈਗੀ। ਅਤੇ ਅਗਲੀ ਵੀਡੀਓ ਨਾਲ ਮਿਲਦੇ ਹਾਂ, ਅਗਲੀ ਵੀਡੀਓ ਅਸੀਂ ਕੁਰਸੀ ਛਿਲਾ ਰੱਸਿਓ ਨੇ ਅਤੇ ਦਿੱਛਲਾ ਰੱਸਿਓ ਨੇ ਦੋਨੇ ਕਰਵਾ ਦੇਣੇ, ਕਿਉਂਕਿ ਛੋਟੇ ਛੋਟੇ ਹੀ ਆ, ਸ਼ਾਇਦ ਬੰਕੀਨਾ ਅਤੇ ਮਰਸ਼ਾ ਪੀਏ ਦੇ ਵੀ ਨਾਲ ਹੀ ਕਰਵਾ ਦੇਵਾਂ, ਚਾਰ ਕੁ ਕਰਵਾ ਦੇਵਾਂ, ਠੀਕ ਹੈ ਜੀ। ਓਕੇ ਜੀ, ਟਾਟਾ ਬਾਏ ਬਾਏ। ਸ਼ੇਅਰ ਜ਼ਰੂਰ ਕਰਿਆ ਕਰੋ ਵਟਸਐਪ 'ਤੇ ਅਤੇ ਫੇਸਬੁੱਕ 'ਤੇ ਸ਼ੇਅਰ ਜ਼ਰੂਰ ਕਰਿਆ ਕਰੋ, ਅਤੇ ਮੈਨੂੰ ਦੱਸਿਓ ਕਿੱਦਾਂ ਦੀ ਵੀਡੀਓਜ਼ ਲੱਗ ਰਹੀਆਂ। ਅਸੀਂ ਸਤਰਾਦਾ ਅਤੇ ਕਰੇਜਾ ਦਾ ਕਰ ਲਿਆ, ਅੱਜ ਦੀ ਵੀਡੀਓ 'ਚ ਥੋੜ੍ਹਾ ਜਿਹਾ ਹੋਰ ਮੈਂ ਵਧਾ ਕੇ ਤੁਹਾਨੂੰ ਸਮਝਾਊਂਗਾ, ਠੀਕ ਹੈ ਜੀ। ਅਤੇ ਚਲੋ ਵੀਡੀਓ ਵੱਲ ਕਿੱਦਾਂ